ਬਾਰਡਰ ਦੀ ਅਪਡੇਟ ਬਾਰੇ ਜਿਹੜੇ ਕਾਫੀ ਸਾਨੂੰ ਸਵਾਲ ਆਉਂਦੇ ਆ ਜੀ, ਉਹ 'ਚ ਬੇਸਿਕਲੀ ਇਹ ਆ ਵੀ ਜਿਹੜਾ ਟਾਈਟਲ 42 ਆ ਉਹ ਲੱਗਿਆ ਹੋਇਆ, ਪਰ ਆਪਣੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਜਾਂ ਪਾਕਿਸਤਾਨ ਤੋਂ ਆਉਂਦੇ ਇਹਨਾਂ ਕੰਟਰੀਆਂ ਤੋਂ, ਉਹਨਾਂ 'ਤੇ ਨਹੀਂ ਲੱਗਦਾ ਇਹ ਜਿਹੜਾ ਟਾਈਟਲ 42 ਆ। ਬੇਸਿਕਲੀ ਜਿਹੜੀਆਂ ਆਹ ਕੰਟਰੀਆਂ ਹੈਗੀਆਂ ਜਿਵੇਂ ਨਿਕਾਰਾਗੁਆ ਹੋ ਗਈ, ਵੈਨਜ਼ੂਏਲਾ, ਕੋਸਟਾ ਰੀਕਾ, ਉਹ ਤੋਂ ਬਾਅਦ ਹੇਟੀ ਜਾਂ ਬ੍ਰਾਜ਼ੀਲ ਜਾਂ ਚਿਲੀ, ਇਹਨਾਂ ਮੁਲਕਾਂ ਦੇ ਤਾਂ ਲੱਗਦਾ ਕਿਉਂਕਿ ਇਹ ਵੱਡੇ ਕਾਫਲੇ ਬਣਾ ਕੇ ਆਉਂਦੇ ਆ। ਉੱਦਾਂ ਜੇ ਚਾਹੇ ਸਰਕਾਰ ਟਾਈਟਲ 42 ਤਾਂ ਕਿਸੇ 'ਤੇ ਵੀ ਲਾ ਸਕਦੀ, ਕਿਉਂਕਿ ਟਾਈਟਲ 42 'ਚ ਨਹੀਂ ਇਹ ਲਿਖਿਆ ਹੋਇਆ ਵੀ ਕਿਹੜੀ ਕੰਟਰੀ 'ਚ ਲੱਗਣਾ ਕਿਤੇ ਨਹੀਂ ਲੱਗਣਾ। ਬਟ ਗੌਰਮੈਂਟ ਇਹਨੂੰ ਜਿਹੜਾ ਇਸ ਟਾਈਮ ਇਨਫੋਰਸ ਕਰ ਰਹੀ ਆ ਉਹ ਜਿਹੜੇ ਲੋਕ ਸੈਂਟਰਲ ਅਮੈਰੀਕਨ ਕੰਟਰੀ 'ਚੋਂ ਆ ਰਹੇ ਆ ਉਹਨਾਂ 'ਤੇ ਲਾਗੂ ਕਰ ਰਹੀ ਆ, ਅਤੇ ਉਹ ਜਿਹੜਾ ਹੈਗਾ ਉਹਨਾਂ 'ਤੇ ਲਾਗੂ ਆ। ਪਰ ਜਿਹੜੇ ਇੱਥੋਂ ਦੇ ਜਿਹੜੇ ਬੰਦੇ ਹੋਰਾਂ ਕੰਟਰੀਆਂ ਤੋਂ ਆਉਂਦੇ ਜਿਵੇਂ ਆਪਣੇ ਇੰਡੀਆ ਵਗੈਰਾ ਤੋਂ, ਉਹਨਾਂ 'ਤੇ ਅਜੇ ਤੱਕ ਟਾਈਟਲ 42 ਲਾਗੂ ਨਹੀਂ ਹੋਇਆ ਅਤੇ ਉਹਨਾਂ ਨੂੰ ਐਂਟਰੀ ਮਿਲ ਰਹੀ ਆ। ਜਿਹੜੇ ਫੈਮਲੀਆਂ ਨਾਲ ਆਉਂਦੇ ਉਹਨੂੰ ਅਜੇ ਵੀ 72 ਘੰਟੇ 'ਚ ਐਂਟਰੀ ਮਿਲ ਜਾਂਦੀ ਆ, ਅਤੇ ਜਿਹੜੇ ਓਵਰ 21 ਆਉਂਦੇ ਉਹਨਾਂ ਨੂੰ ਕਈਆਂ ਨੂੰ ਤਾਂ ਉੱਥੋਂ ਛੱਡ ਦਿੰਦੇ ਆ, ਕਈਆਂ ਨੂੰ ਉਹ ਇਮੀਗ੍ਰੇਸ਼ਨ ਦੇ